आजी बाजू को एक शब्द है मैं मेरी बेबे तो हमेशा सुनता हूं आ गुरु नानक पातशाह का गुरपर्व सारी दुनिया ने मनाया और जरा 550 साल आ रहे हैं वो भी सारी दुनिया ने मनाना है बोलिया ना आ जा जा ओ लफ्ज ने तक मैं बाबर दे दरबार एक मस्ताना जोगी बाबर दे जेल खाने पीसन नु मिलते दाने चक्की तो बोले सत करतार तो मैं बुजुर्ग दी दे मेरिया मावा दादी की उम्र दिया बैठी बीबिया सो अब तुहाडे लिए लफ्ज सारे असीं गावांगे सो नाल मेरे गावांगे ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ 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 ਬਾਬਰ ਦੇ ਜੇਲ ਖਾਨੇ ਪੀਸਣ ਨੂੰ ਮਿਲਦੇ ਦਾਣੇ ਬਾਬਰ ਦੇ ਜੇਲ ਖਾਨੇ ਮਿਲਦੇ ਦਾਣੇ ਚੱਕੀ ਤਾਂ ਚੱਕੀ ਤਾਂ ਚੱਕੀ ਤਾਂ ਬੋਲੇ ਸਤ ਕਰਤਾਰ ਲੁੱਟ ਮਸਤਾਨਾ ਜੋਗੀ ਟੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਟੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੀ ਪਾਂਦੇ ਕੋਲ ਪੜਨੇ ਪਾਇਆ ਪਾਂਦੇ ਨੂੰ ਆਪ ਪੜਾਇਆ ਪਾਂਦੇ ਕੋਲ ਪੜਨੇ ਪਾਇਆ ਪਾਂਦੇ ਨੂੰ ਆਪ ਪੜਾਇਆ ਫੱਟੀ ਤੇ ਫੱਟੀ ਤੇ ਫੱਟੀ ਤੇ ਲਿਖਿਆ ਇੱਕ ਓਂਕਾਰ ਇੱਕ ਮਸਤਾਨਾ ਜੋਗੀ ਟੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਟੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਇੱਕ ਮਸਤਾਨਾ ਜੋਗੀ ਇੱਕ ਮਸਤਾਨਾ ਜੋਗੀ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਘੁੱਟ ਪਿਆਉਣੀ ਇੱਕੋ ਹੀ ਘੁੱਟ ਪਿਆਉਣੀ ਸਾਧ ਨੇ ਇੱਕੋ ਹੀ ਘੁੱਟ ਪਿਆਉਣੀ ਉਹ ਛੁੜਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਆਪਣੇ ਆਪ ਚ ਜ਼ਿੰਦਗੀ ਹੈ ਇਹਨੂੰ ਜਿਉਣ ਦਾ ਆਪਣਾ ਇੱਕ ਮਜ਼ਾ ਹੈ ਇਹ ਸਾਰਾ ਮੇਰਾ ਪਰਿਵਾਰ ਹੈ ਬਾਈ ਹੋਣੀ ਅਸੀਂ ਬੱਚੇ ਇਹਨਾਂ ਦੇ ਤਾਂ ਬਾਈ ਦਲਜੀਤ ਹੋਣੀ ਬਾਈ ਬਲਵਿੰਦਰ ਸਾਰੇ ਅੱਜ ਬੜਾ ਤਰਸਾ ਹੈ ਮੇਰੇ ਬੰਦੇ ਸਾਰੇ ਮਲਿਆਲੀ ਦੇ ਰਾਓ ਹਰਮੀਤ ਸਾਡਾ ਅੰਤਰ ਅਸੀਂ ਸਾਰਿਆਂ ਨੇ ਬਹੁਤ ਦੀਪ ਅਸੀਂ ਬਹੁਤ ਕੰਮ ਕੀਤਾ ਸਾਰਿਆਂ ਨੇ ਤਾਂ ਅੱਜ ਦੀ ਇਹ ਜ਼ਿੰਦਗੀ ਚ ਉਹੀ ਸਿੱਖਣ ਨੂੰ ਮਿਲਿਆ ਕਿ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਚ ਉਹੀ ਨਜ਼ਰ ਆਈਏ ਚਲੋ ਇਹ ਤਾਂ ਇੱਕ ਘਰ ਦੀ ਫੇਕ ਪ੍ਰੋਪਰਟੀ ਡਿਜ਼ਾਇਨ ਕੀਤੀ ਆਪਾਂ ਇੱਕ ਫਲਸਫਾ ਦੇਖਿਆ ਕਿ ਘਰ ਡਿਜ਼ਾਇਨ ਕੀਤਾ ਤਾਂ ਮੈਨੂੰ ਲੱਗਦਾ ਕਿ ਬੰਦੇ ਨੂੰ ਆਪਣੇ ਇੰਟਰਨਲੀ ਔਰ ਐਕਸਟਰਨਲੀ ਦੋਨੇ ਪਾਸੇ ਉਦਾਂ ਦਾ ਹੀ ਸਮਾਜ ਦੇ ਅੱਗੇ ਪੇਸ਼ ਆਉਣਾ ਚਾਹੀਦਾ ਜਿੱਦਾਂ ਦੋ ਹੈ ਤਾਂ ਨਹੀਂ ਤਾਂ ਦੇਖ ਲੋ ਕਿ ਇੱਕ ਡੇਢ ਘੰਟੇ ਦੇ ਨਾੜ ਚ ਕਿੰਨੀਆਂ ਮੁਸੀਬਤਾਂ ਆਈਆਂ ਨੇ ਜੇ ਆਪਾਂ ਉਸ ਤਰ੍ਹਾਂ ਦੀ ਕੋਈ ਜਾਲੀ ਜ਼ਿੰਦਗੀ ਜਿਵਾਂਗੇ ਦੋ ਦੋ ਚਿਹਰੇ ਲੈ ਕੇ ਫਿਰਾਂਗੇ
ਤਾਂ ਬਾਬਾ ਮੈਨੂੰ ਨਹੀਂ ਲੱਗਦਾ ਕਿ ਸੁੱਖ ਕਿਤੇ ਆਊਗਾ। ਸੋ ਇਸ ਕਰਕੇ ਜਿੱਦਾਂ ਦੇ ਵੀ ਚੰਗੇ ਆ ਮਾੜੇ ਆ, ਉਸ ਮਾਲਕ ਅੱਗੇ ਜੇ ਕਹਿ ਦਾਂਗੇ ਕਿ ਅਸੀਂ ਤੇਰੇ ਆ, ਬਸ ਚੰਗੇ ਆ ਮਾੜੇ ਆ, ਤੂੰ ਸਾਡੇ ਤੇ ਕਿਰਪਾ ਕਰ, ਰਹਿਮ ਕਰ, ਤਾਂ ਮੈਨੂੰ ਲੱਗਦਾ ਕਿ ਅੱਜ ਦਾ ਨਾਟਕ ਸਾਨੂੰ ਬਹੁਤ ਕੁਛ ਸਿਖਾਊਗਾ। ਬੜੀ ਮਿਹਰਬਾਨੀ।